ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ। ਜਗਰਾਉਂ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ, ਤੁਹਾਨੂੰ ਦੱਸਦੀ ਹੈ। 200 ਰੁਪਏ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦਰਅਸਲ ਇਹ ਮਾਮਲਾ ਜਗਰਾਉਂ ਦੇ ਪੁਰਾਣਾ ਮੰਡੀ ਤੋਂ ਸਾਹਮਣੇ ਆਇਆ, ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਉੱਥੇ ਤਾਸ਼ ਖੇਡੀ ਜਾ ਰਹੀ ਸੀ ਤੇ ਉਸ ਤੇ ਮੌਕੇ ਤੇ ਪਹੁੰਚੇ ਨੌਜਵਾਨਾਂ ਦੇ ਵੱਲੋਂ ਉਸ ਤੇ ਇਲਜ਼ਾਮ ਲਗਾ ਦਿੱਤੇ ਕਿ ਤੇਰੇ ਵੱਲੋਂ 200 ਰੁਪਏ ਜਿਹੜੇ ਸਾਡੇ ਧਰੇ ਸੱਟੇ ਤੋਂ ਚੱਕ ਲਏ ਗਏ ਸੀਗੇ। ਉਸ ਦੇ ਬਾਵਜੂਦ ਵੀ, ਉਸ ਦੇ ਵੱਲੋਂ ਬਾਰ ਬਾਰ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਜਿਹੜਾ ਹੈ ਕਤਲ ਕਰ ਦਿੱਤਾ ਗਿਆ। ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਜਗਰਾਉਂ ਤੋਂ ਜਿਹੜੇ ਨੇ ਹਿੰਮਤ ਜੁੜ ਚੁੱਕੇ ਨੇ। ਜੀ ਹਿੰਮਤ, ਇਹ ਸਾਰਾ ਮਾਮਲਾ ਕੀ ਹੈ? 200 ਰੁਪਏ ਦੇ ਵਿੱਚ ਜਿਹੜਾ ਹੈ ਪਿਓ ਪੁੱਤਰੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜੀ ਬਿਲਕੁਲ ਪਰਮਿੰਦਰ, ਅੱਜ ਜਗਰਾਉਂ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਮਹਿਜ ਇੱਕ 200 ਰੁਪਏ ਨੂੰ ਲੈ ਕੇ ਇੱਕ ਨੌਜਵਾਨ ਦਾ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਇੱਕ ਦੋ ਦਿਨ ਪਹਿਲਾਂ ਹੀ 200 ਰੁਪਏ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਤਾਂ ਇਹ ਸਾਰੇ ਜਿਹੜੇ ਕਿ ਜਗਰਾਉਂ ਦੀ ਮੰਡੀ ਦੇ ਵਿੱਚ ਕੰਮ ਕਰਦੇ ਸੀਗੇ ਤਾਂ ਕੱਲ ਵੀ 200 ਰੁਪਏ ਨੂੰ ਲੈ ਕੇ ਬਹਿਸਬਾਜ਼ੀ ਹੁੰਦੀ ਹੈ ਤਾਂ ਪਰ ਕੁਝ ਲੋਕ ਵਿੱਚ ਪੈ ਜਾਂਦੇ ਨੇ ਤਾਂ ਉਹਨਾਂ ਨੂੰ ਛੁਡਾ ਦਿੱਤਾ ਜਾਂਦਾ ਹੈ। ਪਰ ਅੱਜ ਫਿਰ ਇਹਨਾਂ ਦੇ ਵੱਲੋਂ ਸਵੇਰੇ ਜਿੱਦਾਂ ਹੀ ਤਾਸ਼ ਖੇਡਣ ਲਈ ਬੈਠਦੇ ਨੇ ਤਾਂ ਉੱਥੇ ਆਪਸ ਦੇ ਵਿੱਚ ਇਹਨਾਂ ਦੀ 200 ਰੁਪਏ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤਾਂ ਪਿਓ ਪੁੱਤ ਦੇ ਵੱਲੋਂ ਇਹਨਾਂ ਤੇ ਹਮਲਾ ਕੀਤਾ ਜਾਂਦਾ। ਨਾਲ ਇਹਨਾਂ ਦੇ ਹੋਰ ਜਿਹੜੇ ਕਿ ਨੌਜਵਾਨ ਹੁੰਦੇ ਨੇ ਜੀ, ਇਸ ਮਾਮਲੇ ਦੇ ਵਿੱਚ ਕੋਈ ਰੰਜਸ ਦੀ ਕੋਈ ਰੰਜਸ ਤਾਂ ਨਹੀਂ ਕਿ ਸਾਹਮਣੇ ਆਏ ਕਿ ਜਾਂ ਪੁਰਾਣੀ ਰੰਜਸ ਨੂੰ ਲੈ ਕੇ ਜਿਹੜਾ ਇਹ ਕਤਲ ਕੀਤਾ ਗਿਆ? ਸਿਰਫ 200 ਰੁਪਏ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੀ ਬਹਿਸਬਾਜ਼ੀ ਚੱਲ ਰਹੀ ਸੀ। ਮ੍ਰਿਤਕ ਜਿਹੜਾ ਸ਼ਮਸ਼ੇਰ ਹੈ ਉਸਨੂੰ ਕਿਹਾ ਗਿਆ, ਉਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਤੂੰ 200 ਰੁਪਇਆ ਚੋਰੀ ਕੀਤਾ, ਪਰ ਉਸਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਮੈਂ 200 ਰੁਪਏ ਚੋਰੀ ਨਹੀਂ ਕੀਤਾ। ਕੱਲ ਵੀ ਮਾਰ ਕੁਟਾਈ ਇਹਨਾਂ ਦੀ ਆਪਸ ਦੇ ਵਿੱਚ ਹੁੰਦੀ ਹੈ ਤਾਂ ਉੱਥੇ ਜਿਹੜੇ ਮੌਕੇ ਤੇ ਜਿਹੜੇ ਕਿ ਹੁੰਦੇ ਨੇ ਜਿਹੜੇ ਕਿ ਲੋਕ ਉਹਨਾਂ ਦੇ ਵੱਲੋਂ ਛੁਡਾ ਦਿੱਤਾ ਜਾਂਦਾ। ਪਰ ਅੱਜ ਵੀ ਸਵੇਰੇ 200 ਰੁਪਏ ਨੂੰ ਲੈ ਕੇ ਹੀ ਇਹਨਾਂ ਦੀ ਬਹਿਸ ਸਹੀ ਹੁੰਦੀ ਹੈ ਤਾਂ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਨੌਜਵਾਨ ਨੂੰ ਮੂੰਹ ਤੇ ਘਾਟ ਉਤਾਰ ਦਿੱਤਾ ਜਾਂਦਾ ਸਿਰਫ ਇੱਕ 200 ਰੁਪਏ ਦੇ ਲਈ। ਜੀ ਹਿੰਮਤ, ਜਿਨ੍ਹਾਂ ਦੇ ਨਾਲ ਇਸ ਨੌਜਵਾਨ ਦਾ ਝਗੜਾ ਹੋਇਆ ਸੀਗਾ, ਇਹ ਕੀ ਆਪਸ 'ਚ ਦੋਸਤ ਸੀਗੇ ਜਾਂ ਫਿਰ ਅਣਪਛਾਤੇ ਸੀਗੇ? ਬਿਲਕੁਲ, ਇਹ ਸਾਰੇ ਹੀ ਮੰਡੀ ਦੇ ਵਿੱਚ ਕੰਮ ਕਰਦੇ ਸੀਗੇ ਤਾਂ ਮੰਡੀ ਦੇ ਵਿੱਚ ਅੱਜ ਕੱਲ੍ਹ ਕੰਮ ਘੱਟ ਹੋਣ ਦੇ ਕਾਰਨ ਰੋਜ਼ਾਨਾ ਹੀ ਇਹ ਯਾਨੀ ਕਿ ਸ਼ਾਮ ਨੂੰ ਜਾਂ ਜਦੋਂ ਵੀ ਫ੍ਰੀ ਹੁੰਦੇ ਸੀ ਤਾਂ ਤਾਸ਼ ਖੇਡਣ ਲੱਗ ਜਾਂਦੇ ਸੀ। ਤਾਂ ਕੱਲ੍ਹ ਵੀ ਇਹਨਾਂ ਦੇ ਵੱਲੋਂ ਤਾਸ਼ ਖੇਡੀ ਜਾਂਦੀ ਹੈ ਤਾਂ ਉਸੇ ਦੌਰਾਨ ਇਹਨਾਂ ਦੀ ਬਹਿਸ ਹੁੰਦੀ ਹੈ ਤਾਂ ਅੱਜ ਵੀ ਸਵੇਰੇ ਹੀ ਇਹਨਾਂ ਕੋਲ ਕੰਮ ਕਰਨ ਨਾ ਹੋਣ ਕਰਕੇ ਸਵੇਰੇ ਹੀ ਤਾਸ਼ ਖੇਡਣ ਲੱਗ ਜਾਂਦੇ ਤਾਂ ਉਦੋਂ ਹੀ ਇਹਨਾਂ ਦੀ ਬਹਿਸ ਹੁੰਦੀ ਹੈ ਜਿਸ ਦੌਰਾਨ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਜੀ, ਉੱਥੇ ਜਦੋਂ ਇਹ ਝਗੜਾ ਹੋਇਆ ਸੀਗਾ ਆਪਸ 'ਚ ਇਹਨਾਂ ਦੇ ਵਿੱਚ, ਉੱਥੇ ਲੋਕ ਮੌਕੇ 'ਤੇ ਜਿਹੜੇ ਲੋਕ ਮੌਜੂਦ ਸੀਗੇ ਉਹਨਾਂ ਨੇ ਇਹਨਾਂ ਦੀ ਜਿਹੜਾ ਝਗੜਾ ਸੀਗਾ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਵੀ? ਬਿਲਕੁਲ, ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਜਦੋਂ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ, ਕੁਛ ਲੋਕਾਂ ਦੇ ਵੱਲੋਂ ਤਾਂ ਉਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਕੁਛ ਲੋਕ ਜਿਹੜੇ ਕਿ ਤਮਾਸ਼ਵੀਰ ਬਣੇ ਰਹਿੰਦੇ ਨੇ। ਹਾਲਾਂਕਿ ਜਦੋਂ ਪੁਲਿਸ ਪਹੁੰਚਦੀ ਹੈ ਉਦੋਂ ਤੱਕ ਨੌਜਵਾਨ ਦੀ ਜਿਹੜੀ ਕਿ ਮੌਤ ਹੋ ਜਾਂਦੀ ਹੈ, ਉਸਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ। ਪਰ ਹੁਣ ਸੀਸੀਟੀਵੀ ਦੇ ਆਧਾਰ ਤੇ ਉੱਤੇ ਪੁਲਿਸ ਦੇ ਵੱਲੋਂ ਦੋਸ਼ੀਆਂ ਦੀ ਜਿਹੜੀ ਕੀ ਭਾਲ ਆ ਉਹ ਕੀਤੀ ਜਾ ਰਹੀ ਹੈ। ਜੀ, ਇਸ ਮਾਮਲੇ ਦੇ ਵਿੱਚ ਕੋਈ ਦੋਸ਼ੀ ਗ੍ਰਿਫਤਾਰ ਹੋਇਆ? ਜੀ, ਹਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਭਾਲ ਜਿਹੜੀ ਹੈ ਉਹ ਦੋਸ਼ੀਆਂ ਦੀ ਲਗਾਤਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਜੀ, ਜਾਣਕਾਰੀ ਦੇਣ ਦੇ ਲਈ ਧੰਨਵਾਦ ਹਿੰਮਤ। ਤੁਹਾਨੂੰ ਦੱਸ ਦਈਏ ਕਿ ਜਗਰਾਉਂ ਦੇ ਵਿੱਚ ਪੁਰਾਣੀ ਮੰਡੀ ਦੇ ਵਿੱਚ 200 ਰੁਪਏ ਨੂੰ ਲੈ ਕੇ ਜਿਹੜਾ ਇਹ ਝਗੜਾ ਹੋਇਆ ਸੀਗਾ, ਉਸ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦਰਅਸਲ ਜਗਰਾਉਂ ਦੀ ਪੁਰਾਣਾ ਦਾਣਾ ਮੰਡੀ ਦੇ ਵਿੱਚ ਪੱਲੇਦਾਰ ਦਾ ਕੰਮ ਕਰਦਾ ਸੀ ਨੌਜਵਾਨ ਸ਼ਮਸ਼ੇਰ ਸਿੰਘ। ਐਤਵਾਰ ਉੱਥੇ ਕੁਝ ਨੌਜਵਾਨਾਂ ਦੇ ਨਾਲ ਤਾਸ਼ ਖੇਡਣ ਲੱਗ ਗਿਆ। ਉੱਥੇ ਹੀ ਬੈਠੇ ਲਵਿਸ਼ ਪੰਡਿਤ ਅਤੇ ਉਸਦੇ ਦੋਸਤ, ਜਿਸ ਨੂੰ ਪਿਓ ਪੁੱਤ ਨੇ ਕਿਹਾ ਸੀਗਾ, ਸ਼ਮਸ਼ੇਰ
ਨੇ 200 ਰੁਪਏ ਚੁੱਕਣ ਦਾ ਨਾਮ ਲਗਾ ਦਿੱਤਾ, ਜਿਸ ਤੋਂ ਬਾਅਦ ਉੱਥੇ ਝਗੜਾ ਇੰਨਾ ਵੱਧ ਗਿਆ ਕਿ ਉਸ ਪਿਓ ਪੁੱਤ ਦੇ ਵੱਲੋਂ ਇਸ ਨੌਜਵਾਨ ਸ਼ਮਸ਼ੇਰ ਸਿੰਘ ਦਾ ਕਤਲ ਕਰ ਦਿੱਤਾ। ਅੱਜ ਸਵੇਰੇ ਹੀ 10 ਵਜੇ ਦੇ ਕਰੀਬ ਸ਼ਮਸ਼ੇਰ ਸਿੰਘ ਦਾਣਾ ਮੰਡੀ ਆਪਣੇ ਕੰਮ ਤੇ ਆਇਆ ਸੀਗਾ ਲਵਿਸ਼ ਪੰਡਤ ਤੇ, ਉੱਥੇ ਉਸਦੇ ਦੋਸਤ ਵੀ ਮੌਕੇ ਤੇ ਪਹੁੰਚ ਗਏ ਤੇ 200 ਰੁਪਏ ਚੁੱਕਣ ਦਾ ਦੋਸ਼ ਲਗਾਇਆ। ਮ੍ਰਿਤਕ ਬਾਰ ਬਾਰ ਆਖਦਾ ਰਿਹਾ ਕਿ ਉਸਨੇ ਕੋਈ ਪੈਸਾ ਨਹੀਂ ਚੱਕਿਆ, ਜਿਸ ਤੋਂ ਬਾਅਦ ਸ਼ਮਸ਼ੇਰ ਸਿੰਘ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਦੇ ਵੱਲੋਂ ਜਿਹੜੀ CCTV ਫੁਟੇਜ ਹੈ ਕਬਜ਼ੇ ਤੇ ਲੈ ਲਈ ਗਈ ਹੈ। ਦੱਸਿਆ ਜਾ ਰਿਹਾ ਕਿ ਇਹ ਜਿਹੜੇ ਕਾਤਲ ਸੀਗੇ ਮੌਕੇ ਤੋਂ ਫਰਾਰ ਹੋ ਗਏ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ TV, YouTube, Facebook, Instagram, X ਔਰ WhatsApp ਚੈਨਲ ਪਰ।